ਪਾਰਚ ਕਈ ਨਸਲਾਂ ਦੀਆਂ ਮੱਝਾਂ ਪਾਈਆਂ ਜਾਂਦੀਆਂ ਨੇ। ਸਭ ਤੋਂ ਵੱਧ ਮੰਗ ਵਧੇਰੇ ਦੁੱਧ ਦੇਣ ਵਾਲੀਆਂ ਮੱਝਾਂ ਦੀ ਰਹਿੰਦੀ ਹੈ। ਆਓ ਕਿਸਾਨਾਂ ਦੀ ਦਿਲਚਸਪੀ ਲਈ ਜਾਣਦੇ ਹਾਂ ਦੇਸ਼ 'ਚ ਕਿਹੜੀਆਂ ਕਿਹੜੀਆਂ ਨਸਲ ਦੀਆਂ ਮੱਝਾਂ ਪਾਈਆਂ ਜਾਂਦੀਆਂ ਨੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਮੁਰਾ ਮੱਝ ਦੀ। ਇਹ ਮੱਝਾਂ ਦੀ ਦੁਨੀਆ 'ਚ ਸਭ ਤੋਂ ਵੱਧ ਦੁਧਾਰੂ ਨਸਲ ਹੈ। ਇਹ ਭਾਰਤ ਦੇ ਸਾਰੇ ਹਿੱਸਿਆਂ ਦੇ ਵਿੱਚ ਪਾਈ ਜਾਂਦੀ ਹੈ। ਉਂਜ ਇਸਦਾ ਜੱਦੀ ਖੇਤਰ ਹਰਿਆਣਾ ਦੇ ਰੋਹਤਕ, ਹਿਸਾਰ, ਜੀਂਦ ਤੇ ਕਰਨਾਲ ਜ਼ਿਲ੍ਹੇ ਤੋਂ ਲੈ ਕੇ ਦਿੱਲੀ ਪੰਜਾਬ ਹੈ। ਇਸਦਾ ਖਾਸ ਰੰਗ ਜੱਠ ਕਾਲਾ ਹੈਗਾ। ਇਸ ਨਸਲ ਦੀ ਵਿਸ਼ੇਸ਼ਤਾ ਦੀ ਗੱਲ ਕੀਤੀ ਜਾਵੇ ਤਾਂ ਮੁੜੇ ਹੋਏ ਸਿੰਘ ਤੇ ਖੁਰ ਤੇ ਪੂੰਛ ਦੇ ਹੇਠਲੇ ਹਿੱਸੇ 'ਚ ਸਫੇਦ ਧੱਬਿਆਂ ਦਾ ਹੋਣਾ ਹੁੰਦਾ ਹੈ। ਹੁਣ ਗ੍ਰਾਫਿਕ ਦੇ ਜ਼ਰੀਏ ਤੁਹਾਨੂੰ ਦੱਸਦੇ ਹਾਂ ਮੁਰਾ ਦੀ ਵਿਸ਼ੇਸ਼ਤਾ ਕੀ ਹੈ। ਔਸਤ ਦੁੱਧ ਉਤਪਾਦਨ ਮੁਰਾ ਮੱਝ ਦਾ 1678 ਕਿਲੋਗ੍ਰਾਮ 307 ਦਿਨਾਂ ਦਾ ਬਹਿੰਦਾ ਹੈ। ਪਹਿਲੇ ਜਣੇਪੇ ਦੇ ਵਿੱਚ ਉਮਰ 40 ਤੋਂ ਲੈ ਕੇ 45 ਮਹੀਨੇ, ਦੋ ਜਣੇਪਿਆਂ ਵਿਚਾਲੇ ਦਾ ਫਰਕ 450 ਤੋਂ ਲੈ ਕੇ 500 ਦਿਨਾਂ ਦਾ ਹੁੰਦਾ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਸੂਰਤੀ ਮੱਝ ਦੀ। ਸੂਰਤੀ ਨਸਲ ਦੀ ਮੱਝ ਦਾ ਜੱਦੀ ਖੇਤਰ ਗੁਜਰਾਤ ਹੈ। ਇਹ ਬੇਜ਼ਮੀਨੇ, ਛੋਟੇ ਤੇ ਹਾਸ਼ੀਏ ਤੇ ਪੁੱਜ ਚੁੱਕੇ ਕਿਸਾਨਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਹੈ। ਇਸ ਦਾ ਕਾਰਨ ਇਸ ਦੀ ਛੋਟੀ ਸਰੀਰਕ ਬਣਾਵਟ ਹੁੰਦੀ ਹੈ। ਇਸ ਨਸਲ ਦੇ ਸਿੰਘ ਹਾਸੀ ਆਕਾਰ ਦੇ ਹੁੰਦੇ ਨੇ। ਗ੍ਰਾਫਿਕ ਦੇ ਜ਼ਰੀਏ ਦੱਸਦੇ ਹਾਂ ਇਸ ਦੀ ਵਿਸ਼ੇਸ਼ਤਾ ਕੀ ਹੁੰਦੀ ਹੈ। ਔਸਤ ਦੁੱਧ ਉਤਪਾਦਨ 1400 ਕਿਲੋਗ੍ਰਾਮ 352 ਦਿਨਾਂ ਦੇ ਵਿੱਚ। ਪਹਿਲੇ ਜਣੇਪੇ ਦੇ ਵਿੱਚ ਉਮਰ 40 ਤੋਂ ਲੈ ਕੇ 50 ਮਹੀਨੇ, ਦੋ ਜਣੇਪਿਆਂ ਵਿਚਾਲੇ ਦਾ ਅੰਤਰ 400 ਤੋਂ ਲੈ ਕੇ 500 ਦਾ ਹੁੰਦਾ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਜ਼ਾਫਰਾਬਾਦੀ ਮੱਝ ਦੀ। ਇਸ ਨਸਲ ਦਾ ਪ੍ਰਜਨਨ ਖੇਤਰ ਗੁਜਰਾਤ ਦੇ ਕੱਛ ਤੇ ਜਾਮਨਗਰ ਜ਼ਿਲ੍ਹੇ ਦਾ ਹੈ। ਇਹ ਮੱਝ ਦੀ ਸਭ ਤੋਂ ਭਾਰੀ ਨਸਲ ਹੁੰਦੀ ਹੈ। ਇਸ ਦੇ ਅਗਲੇ ਹਿੱਸੇ ਦੇ ਵਿੱਚ ਚਿੱਟੇ ਨਿਸ਼ਾਨ ਨਵ ਚੰਦਰ ਭਾਵ ਨਵੇਂ ਚੰਨ ਦੇ ਨਾਂ ਨਾਲ ਜਾਣੇ ਜਾਂਦੇ ਨੇ। ਜਾਫਰਾਬਾਦੀ ਦੀ ਦੁੱਧ ਦੀ ਗੱਲ ਕਰੀਏ ਤਾਂ ਉਤਪਾਦਨ 2150 ਕਿਲੋਗ੍ਰਾਮ ਦਾ ਹੁੰਦਾ ਹੈ, ਉਹ ਵੀ 305 ਦਿਨਾਂ ਦੇ ਵਿੱਚ। ਦੁੱਧ 'ਚ ਚਿਕਨਾਈ ਦੀ ਮਾਤਰਾ 7 ਤੋਂ ਲੈ ਕੇ 8% ਹੁੰਦੀ ਹੈ। ਪਹਿਲੇ ਜਣੇਪੇ ਦੇ ਵਿੱਚ ਉਮਰ 35 ਤੋਂ ਲੈ ਕੇ 40 ਮਹੀਨੇ ਹੁੰਦੀ ਹੈ, ਦੋ ਜਣੇਪਿਆਂ ਵਿਚਾਲੇ ਅੰਤਰ 390 ਦਿਨਾਂ ਤੋਂ ਲੈ ਕੇ 480 ਦਿਨਾਂ ਦਾ ਹੁੰਦਾ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਮਹਿਸਾਣਾ ਮੱਝ ਦੀ। ਇਸ ਨਸਲ ਦਾ ਜੱਦੀ ਖੇਤਰ ਗੁਜਰਾਤ ਤੋਂ ਹੈ। ਇਹ ਦਰਮਿਆਨੇ ਆਕਾਰ ਦੀ ਸ਼ਾਂਤ ਸੁਭਾਅ ਵਾਲੀ ਮੱਝ ਹੁੰਦੀ ਹੈ। ਇਸ ਨਸਲ ਦੀ ਉਤਪਤੀ ਗੁਜਰਾਤ ਦੀ ਸੂਰਤੀ ਨਸਲ ਤੇ ਮੁਰਾ ਨਸਲ ਦੇ ਮੇਲ ਤੋਂ ਹੋਈ ਹੈ। ਮਹਿਸਾਣਾ ਦੇ ਦੁੱਧ ਉਤਪਾਦਨ ਦੀ ਗੱਲ ਕਰੀਏ ਤਾਂ 1200 ਤੋਂ ਲੈ ਕੇ 1500 ਕਿਲੋਗ੍ਰਾਮ ਹੁੰਦਾ ਹੈ। ਦੁੱਧ ਦੇ ਵਿੱਚ ਚਿਕਨਾਈ ਦੀ ਮਾਤਰਾ 7% ਹੁੰਦੀ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਪਦਾਵਰੀ ਮੱਝ ਦੀ। ਇਹ ਵਿਸ਼ਵ ਦੀ ਇੱਕ ਵਿਲੱਖਣ ਨਸਲ ਹੈ, ਕਿਉਂਕਿ ਸਾਰੀਆਂ ਗਊ ਜਾਤੀਆਂ ਜਾਂ ਫਿਰ ਮੱਝਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਚਿਕਨਾਈ ਵਾਲਾ ਦੁੱਧ ਇਹ ਦਿੰਦੀ ਹੈ। ਇਸ ਨਸਲ ਦਾ ਜੱਦੀ ਇਲਾਕਾ UP ਹੈ। ਇਹ ਵੀ ਬੇਜ਼ਮੀਨੇ ਕਿਸਾਨਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਇਸ ਨੂੰ ਭਾਰਤ ਦੇ ਵਿੱਚ ਘਿਓ ਦਾ ਕਟੋਰਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੀ ਵਿਸ਼ੇਸ਼ਤਾ ਦੀ ਗੱਲ ਕਰੀਏ ਤਾਂ ਔਸਤਨ ਦੁੱਧ ਉਤਪਾਦਨ 800 ਕਿਲੋਗ੍ਰਾਮ ਦਾ ਹੁੰਦਾ ਹੈ। ਦੁੱਧ ਦੇ ਵਿੱਚ ਚਿਕਨਾਈ ਦੀ ਮਾਤਰਾ ਲਗਭਗ 13% ਦੀ ਹੁੰਦੀ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਗੋਦਾਵਰੀ ਮੱਝ ਦੀ। ਇਸ ਨਸਲ ਦਾ ਜੱਦੀ ਇਲਾਕਾ ਆਂਧਰਾ ਪ੍ਰਦੇਸ਼ ਦੇ ਪੂਰਵੀ ਤੇ ਪੱਛਮੀ ਗੋਦਾਵਰੀ ਜ਼ਿਲ੍ਹੇ ਦਾ ਹੈ। ਇਹ ਨਸਲ ਚੰਗੇ ਦੁੱਧ ਉਤਪਾਦਨ ਤੇ ਚੰਗੀ ਦੁੱਧ ਚਿਕਨਾਈ ਲਈ ਜਾਣੀ ਜਾਂਦੀ ਹੈ। ਇਸ ਨਸਲ ਦੀ ਗੱਲ ਕਰੀਏ ਤਾਂ ਇਹ ਨਸਲ ਰੋਗਾਂ ਨਾਲ ਲੜਨ ਦੀ ਬਹੁਤ ਜ਼ਿਆਦਾ ਸਮਰੱਥਾ ਰੱਖਦੀ ਹੈ। ਗੋਦਾਵਰੀ ਦੇ ਦੁੱਧ ਉਤਪਾਦਨ ਦੀ ਗੱਲ ਕਰੀਏ ਤਾਂ 2150 ਕਿਲੋਗ੍ਰਾਮ ਤੋਂ ਲੈ ਕੇ ਇਸ ਤੋਂ ਜ਼ਿਆਦਾ ਵੀ ਉਤਪਾਦਨ ਹੋ ਸਕਦਾ ਹੈ, ਉਹ ਵੀ 305 ਦਿਨਾਂ ਦੇ ਵਿੱਚ। ਉਸ ਤੋਂ ਬਾਅਦ ਗੱਲ ਕਰਦੇ ਹਾਂ ਨਾਗਪੁਰੀ ਮੱਝ ਦੀ। ਇਸ ਨਸਲ ਦੀ ਦੋਹਰੀ ਵਰਤੋਂ ਕੀਤੀ ਜਾਂਦੀ ਹੈ। ਇਸ ਦਾ ਨਰ ਆਵਾਜਾਈ ਲਈ ਉਪਯੋਗੀ ਹੈ ਤੇ ਮਾਦਾ ਚੰਗੀ ਦੁਧਾਰੂ ਮੰਨੀ ਜਾਂਦੀ ਹੈ। ਇਸ ਨਸਲ ਦਾ ਜੱਦੀ ਇਲਾਕਾ ਮਹਾਰਾਸ਼ਟਰ ਹੈ। ਇਸ ਦਾ ਔਸਤ ਦੁੱਧ ਉਤਪਾਦਨ 1060 ਦੇ ਕਰੀਬ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਸਾਂਬਲਪੁਰੀ ਮੱਝ ਦੀ। ਇਸ ਨਸਲ ਦਾ ਜੱਦੀ ਇਲਾਕਾ ਉੜੀਸਾ ਦਾ ਸਾਂਬਲਪੁਰੀ ਜ਼ਿਲ੍ਹਾ ਹੈ। ਇਹ ਨਸਲ ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ਦੇ ਵਿੱਚ ਪਾਈ ਜਾਂਦੀ ਹੈ। ਇਸ ਦਾ ਵੀ ਦੋਹਰਾ ਪ੍ਰਯੋਗ ਕੀਤਾ ਜਾਂਦਾ ਹੈ। ਸਾਂਬਲਪੁਰੀ ਮੱਝ ਦੀ ਗੱਲ ਕਰੀਏ ਤਾਂ ਦੁੱਧ ਉਤਪਾਦਨ 2300 ਤੋਂ ਲੈ ਕੇ 2700 ਕਿਲੋਗ੍ਰਾਮ 340 ਤੋਂ ਲੈ ਕੇ 370 ਦਿਨਾਂ ਦੇ ਵਿੱਚ ਹੁੰਦਾ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਤਰਾਈ ਮੱਝ ਦੀ। ਇਹ ਦਰਮਿਆਨੇ ਆਕਾਰ ਦੀ ਨਸਲ ਹੈ ਤੇ ਘੱਟ ਚਾਰੇ ਦੇ ਵਿੱਚ ਵੀ ਵਾਜਬ ਮਾਤਰਾ 'ਚ ਦੁੱਧ ਦਿੰਦੀ ਹੈ। ਇਹ ਨਸਲ UP ਦੇ ਤਰਾਈ ਵਾਲੇ ਇਲਾਕਿਆਂ ਦੇ ਵਿੱਚ ਤੇ ਉੱਤਰਾਖੰਡ ਦੇ ਵਿੱਚ ਪਾਈ ਜਾਂਦੀ ਹੈ। ਔਸਤਨ ਦੁੱਧ ਉਤਪਾਦਨ ਦੀ ਗੱਲ ਕਰੀਏ ਤਾਂ 1030 ਕਿਲੋਗ੍ਰਾਮ ਦੁੱਧ ਇਹ ਦਿੰਦੀ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਟੋਡਾ ਮੱਝ ਦੀ। ਇਸ ਨਸਲ ਦਾ ਨਾਂ ਦੱਖਣੀ ਭਾਰਤ ਦੇ ਟੋਡਾ ਆਦਿਵਾਸੀਆਂ ਦੇ ਨਾਂ ਤੇ ਪਿਆ ਹੈ। ਇਸ ਨਸਲ ਦਾ ਜੱਦੀ ਇਲਾਕਾ ਤਮਿਲਨਾਡੂ ਦੀਆਂ ਨੀਲਗਿਰੀਆਂ ਪਹਾੜੀਆਂ ਨੇ।
औसतन दुध उत्पादन 500 किलोग्राम इदा हुंदा है। अखीर दे विच गल करांगे साथक नारा मच दी। इह दरमियाने आकार दी प्रचलित नसल है। इह कर्नाटका ते बेंगलुरु जिले दे इलाके दे विच पाई जांदी है। समुद्री कंडे वाले खेतरां दे विच ज्यादातर किसान इहदी वरतों करदे ने। औसतन दुध उत्पादन 600 तों लैके 800 किलोग्राम 185 तों लैके 260 दिनां दे विच हुंदा है। फिलहाल इह सन मज्जां दे आंकड़े। पूरे भारत दे विच जिथे जिथे किसान साडे मज्जां दा इस्तेमाल करदे ने उन्हां बारे इत्थे तुहानूं जानकारी देण दी असीं कोशिश कीती है। जे वीडियो तुहानूं वधिया लगी तां वध तों वध इहनूं शेयर करियो, कमेंट भी करियो, ते लाइक भी ते सबसक्राइब भी चैनल नूं जरूर करियो।